ਆਤਮਾ ਦੇਵੀ ਪਬਲਿਕ ਹਾਈ ਸਕੂਲ ਮੋਰਿੰਡਾ, ਜੋ ਕਿ ਡਿਸਟ੍ਰਿਕਟ ਰੋਪੜ ਦੇ ਵਿੱਚ ਸਥਿਤ ਹੈ, ਜੋ ਕਿ ਆਪਣੇ ਇਲਾਕੇ ਦੇ ਵਿੱਚ ਆਪਣੀ ਸੇਵਾਵਾਂ ਵਧੀਆ ਤਰੀਕੇ ਨਾਲ ਦੇ ਰਿਹਾ ਹੈ। ਇਹ ਸਕੂਲ ਡਾਇਰੈਕਟਰ ਸਰਦਾਰ ਅਮਰਜੀਤ ਸਿੰਘ ਜੀ ਦੇ ਮਾਤਾ ਜੀ ਆਤਮਾ ਦੇਵੀ ਦੀ ਯਾਦ ਦੇ ਵਿੱਚ 1995 ਦੇ ਵਿੱਚ ਸ਼ੁਰੂ ਕਰਵਾਇਆ ਗਿਆ ਸੀਗਾ। ਇੱਥੋਂ ਦਾ ਸਟਾਫ ਬੱਚਿਆਂ ਦੇ ਲਈ ਹਰ ਤਰ੍ਹਾਂ ਦੀ ਸਿੱਖਿਆ ਮੁਹੱਈਆ ਕਰਵਾਉਂਦਾ ਹੈ। ਬੀਤੇ ਦਿਨੀ ਪੰਜਾਬ ਪਲੱਸ ਦੀ ਟੀਮ ਨੇ ਸਕੂਲ ਦਾ ਦੌਰਾ ਕੀਤਾ ਅਤੇ ਸਕੂਲ ਸਟਾਫ ਅਤੇ ਮੈਨੇਜਮੈਂਟ ਨਾਲ ਗੱਲਬਾਤ ਕੀਤੀ। ਆਓ ਮਾਰਦੇ ਹਾਂ ਇੱਕ ਨਜ਼ਰ। ਮੇਰਾ ਨਾਮ ਹਰਮਨ ਕੌਰ ਹੈ। ਮੈਂ ਆਤਮਾਦੇਵ ਪਬਲਿਕ ਹਾਈ ਸਕੂਲ ਮੋਰਿੰਡਾ ਦੀ 10th ਕਲਾਸ ਦੀ ਵਿਦਿਆਰਥਣ ਹਾਂ। ਸਾਡੇ ਸਕੂਲ ਦੇ ਪ੍ਰਿੰਸੀਪਲ ਮੈਮ ਮਿਸਿਸ ਹਰਪਾਲ ਕੌਰ ਅਤੇ ਡਾਇਰੈਕਟਰ ਸਰਦਾਰ ਅਮਰੀਕ ਸਿੰਘ ਇਸ ਸਕੂਲ ਨੂੰ ਚਲਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ। ਸਾਡੇ ਸਕੂਲ ਵਿੱਚ ਬਹੁਤ ਹੀ ਫਰੈਂਡਲੀ ਇਨਵਾਇਰਮੈਂਟ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੇ ਸਕੂਲ ਦਾ ਸਟਾਫ ਬਹੁਤ ਕੋਆਪਰੇਟਿਵ ਹੈ ਅਤੇ ਜਿੰਨੀ ਵਾਰੀ ਵੀ ਬੱਚੇ ਨੂੰ ਕੁਝ ਸਮਝ ਨਹੀਂ ਆਉਂਦਾ, ਜਦੋਂ ਤੱਕ ਸਮਝ ਨਹੀਂ ਆਉਂਦਾ ਉਦੋਂ ਤੱਕ ਮੈਮ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ, ਜਿਸ ਕਾਰਨ ਇਹਨਾਂ ਦੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਕਰਕੇ ਸਾਡੇ ਸਕੂਲ ਦਾ ਹਰੇਕ ਸਾਲ ਦਾ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈ। ਮੇਰਾ ਨਾਮ ਨਵਦੀਪ ਕੌਰ ਹੈ ਅਤੇ ਮੈਂ ਇਸ ਸਕੂਲ ਦੀ ਵਿਦਿਆਰਥਣ ਹਾਂ, 10th ਕਲਾਸ ਵਿੱਚ ਪੜ੍ਹਦੀ ਹਾਂ। ਸਾਡੇ ਸਕੂਲ ਵਿੱਚ ਡਿਫਰੈਂਟ ਟਾਈਪ ਦੀਆਂ ਫੈਸਿਲਿਟੀਜ਼ ਹਨ, ਜਿਵੇਂ ਕਿ ਸਮਾਰਟ ਬੋਰਡ ਹੋ ਗਿਆ, ਸਾਇੰਸ ਲੈਬ ਹੋ ਗਈ, ਲਾਇਬ੍ਰੇਰੀ, ਕੰਪਿਊਟਰ ਲੈਬ, ਜਨਰੇਟਰ, ਟਰਾਂਸਪੋਰਟ ਦੀ ਸੁਵਿਧਾ। ਅਤੇ ਲਾਇਬ੍ਰੇਰੀ ਵਿੱਚ ਅਸੀਂ ਡਿਫਰੈਂਟ ਟਾਈਪਸ ਦੀਆਂ ਬੁੱਕਸ ਪੜ੍ਹਦੇ ਹਾਂ, ਜਿਨ੍ਹਾਂ ਨਾਲ ਸਾਨੂੰ ਅਸੀਂ ਡਿਫਰੈਂਟ ਟਾਈਪਸ ਦੀ ਨੌਲੇਜ ਗੇਨ ਕਰਦੇ ਹਾਂ। ਅਤੇ ਬੱਚਿਆਂ ਦੇ ਚੈੱਕਅਪ ਲਈ ਲੈਬੋਰਟਰੀ ਹੈ ਅਤੇ ਸਿੰਗਲ ਪੇਰੈਂਟ ਚਾਈਲਡ ਦੀ ਫੀਸ ਵੀ ਘੱਟ ਕੀਤੀ ਜਾਂਦੀ ਹੈ ਅਤੇ ਤੀਜੇ ਬੱਚੇ ਦੀ ਫੀਸ ਬਿਲਕੁਲ ਮਾਫ਼ ਕੀਤੀ ਜਾਂਦੀ ਹੈ।
बाढ़ आई थी एक हफ्ते। मेरा नाम हर्षप्रीत कौर है, मैं आत्मा देवी पब्लिक हाई स्कूल की विद्यार्थन हाँ। मैं 10वीं क्लास में पढ़ती हाँ। साढ़े स्कूल के प्रिंसीपल और डायरैक्टर स्कूल में बहुत ही वधिया ढंग चला रहे हैं। साढ़े स्कूल में गतिविधियां जोड़ा जाता है, जिवें कि कल्चरल प्रोग्राम हो गए, स्पीच कॉम्पीटिशन हो गए, राइटिंग कॉम्पीटिशन हो गए, या फिर कोई भी कल्चरल प्रोग्राम जिस विच स्टूडेंट वध चढ़ के हिस्सा लेंदे हैं, बहुत ही वधिया पोजिशन हासिल करते हैं। इस दे नाल नाल साडे स्कूल दे मतलब प्रिंसीपल साडे लई स्टडी टूर भी ऑर्गेनाइज़ करते हैं। सानू पिछले साल साइंस सिटी लेके गए थे, जिथे सानू अध्यापक ने साइंस बारे बहुत ही जानकारी दी। सानू हरेक साल नगर कीर्तन ते चमकौर साहब भी लेके जाते हैं, जिथे सानू इतिहास बारे बहुत ही जानकारी दी जाती है। मेरा नाम आरती है, मैं आत्मा देवी पब्लिक हाई स्कूल के 10वीं क्लास की विद्यार्थन हाँ। साढ़े स्कूल के विद्यार्थी डिसिप्लिन पक्षों बहुत ही वधिया हैं। स्कूल के टीचर्स बच्चों नाल बहुत ही प्यार नाल ट्रीट करते हैं। इस स्कूल का इनवायरमेंट बहुत ही चंगा है, सानू इतने साफ सुथरा इनवायरमेंट प्रोवाइड किया जाता है। मेरा नाम सोनिया रानी है, मैं आत्मा देवी स्कूल विच इंग्लिश पढ़ाती हाँ। मैडम, इस स्कूल तुसी कदों ज्वाइन किया ते जिहड़े इत्थों दे डायरेक्टर ने किस मोटिव दे नाल उन्होंने इस स्कूल शुरू किया? सर, मैनूं तां स्कूल ज्वाइन किए नूं 4 साल होए हाले, बट इह स्कूल 1995 दे विच डायरैक्टर अमृत सरदार अमरीक सिंह जी ने शुरू किया सीगा। इस मोटिव लई कि जिहड़े गरीब परिवार दे बच्चे हैं उन्होंने एजुकेट किया जाए, क्योंकि अजकल स्कूलों की फीसा बहुत ज़्यादा है, जिस दे करके जो स्कूल के डायरैक्टर हैं उन्होंने सोचा कि जोड़े बच्चे नहीं फीस दे सकते और मतलब कि घट लोअर फैमिली रिलेटिड है, उन्होंने सिक्ख्या देने वास्ते उन्होंने
ਸਕੂਲ ਸਟਾਰਟ ਕੀਤਾ। ਜਿਹੜੇ ਇੱਥੋਂ ਦੀ ਮੈਨੇਜਮੈਂਟ ਹੈ, ਕਿਵੇਂ ਉਹ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦਿੰਦੀ ਹੈ? ਸਰ, ਸਕੂਲ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਬੱਚਿਆਂ ਨੂੰ ਪੂਰਾ ਧਿਆਨ ਦਿੱਤਾ ਜਾਂਦਾ, ਵੈਲ ਕੁਆਲੀਫਾਈਡ ਸਟਾਫ ਹੈ ਸਾਰਾ, ਬੱਚਿਆਂ ਲਈ ਫਰੈਂਡਲੀ ਇਨਵਾਇਰਮੈਂਟ ਹੈ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਜਿਸ ਦੇ ਵਿੱਚ ਬੱਚਿਆਂ ਨੂੰ ਸਟ੍ਰੈਸਫੁੱਲ ਕਰਕੇ ਪੜ੍ਹਾਇਆ ਨਹੀਂ ਜਾਂਦਾ ਔਰ ਬੱਚਿਆਂ ਨੂੰ ਫਰੈਂਡਲੀ ਤੌਰ 'ਤੇ ਪੜ੍ਹਾਇਆ ਜਾਂਦਾ, ਚਾਹੇ ਬੱਚੇ ਜਿੰਨੀ ਮਰਜ਼ੀ ਵਾਰ ਪੁੱਛਣ, ਉਹਨਾਂ ਨੂੰ ਸਮਝਾਇਆ ਜਾਂਦਾ ਹਰ ਇੱਕ ਗੱਲ ਨੂੰ ਵਾਰ ਵਾਰ, ਭਾਵੇਂ ਉਹ ਜਿੰਨੀ ਮਰਜ਼ੀ ਵਾਰ ਪੁੱਛਣ। ਅਤੇ ਬਿਲਕੁਲ ਇਹ ਨਹੀਂ ਹੈ, ਉਹਨਾਂ ਨੂੰ ਪੜ੍ਹਾਈ ਵੱਲ ਵਿਸ਼ੇਸ਼ ਇਸ ਲਈ ਧਿਆਨ ਦਿੱਤਾ ਜਾਂਦਾ ਕਿ ਪੜ੍ਹ ਸਕਣ, ਅੱਗੇ ਕੁਛ ਕਰ ਸਕਣ। ਸਰ, ਬੱਚਿਆਂ ਨੂੰ ਕਲਾਸ ਦੇ ਵਿੱਚ ਪਹਿਲਾਂ ਤਾਂ ਗੇਮਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ, ਕਿਉਂਕਿ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਤਾਂ ਵੈਸੇ ਹੀ ਪਸੰਦ ਹੁੰਦੀ ਆ ਬਹੁਤ ਜ਼ਿਆਦਾ। ਅਤੇ ਦੂਸਰਾ ਉਹਨਾਂ ਦੇ ਡਾਂਸ ਵਗੈਰਾ ਔਰ ਐਜੂਕੇਸ਼ਨਲ ਟੂਰ ਵਗੈਰਾ ਵੀ ਲੈ ਕੇ ਜਾਂਦੇ ਐਕਟੀਵਿਟੀਜ਼ ਦੇ ਵਿੱਚ, ਉਹਨਾਂ ਨੂੰ ਹਰੇਕ ਤਰ੍ਹਾਂ ਦਾ ਗਾਰਡਨਿੰਗ ਵੀ ਕਰਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਹੋਰ ਵੀ ਉਹਨਾਂ ਨੂੰ ਕਲਾਸਿਸ ਦੇ ਵਿੱਚ ਕੀ ਕਿਸ ਤਰ੍ਹਾਂ ਰਹਿਣਾ ਹੈ, ਕੀ ਐਕਟੀਵਿਟੀਜ਼ ਕਰਨੀਆਂ, ਉਹ ਸਾਰਾ ਕੁਛ ਉਹਨਾਂ ਨੂੰ ਬੱਚਿਆਂ ਨੂੰ ਦੱਸਿਆ ਜਾਂਦਾ ਹੈ। ਮੈਡਮ, ਜਿਹੜੇ ਨੀਡੀ ਸਟੂਡੈਂਟਸ ਨੇ, ਕਿਵੇਂ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ? ਹਾਂਜੀ ਸਰ, ਨੀਡੀ ਇੱਕ ਤਾਂ ਇੱਥੇ ਪਹਿਲੀ ਤਾਂ ਪਹਿਲੀ ਗੱਲ ਇਹ ਹੈ ਕਿ ਪਹਿਲਾਂ ਫੀਸ ਹੀ ਬਹੁਤ ਘੱਟ ਉਹਦੇ 'ਤੇ ਬੱਚਿਆਂ ਦੀ ਹੈਗੀ ਹੈ, ਬਹੁਤ ਘੱਟ ਫੀਸ ਕਿ ਬੱਚੇ ਪੜ੍ਹ ਸਕਣ, ਇਹੀ ਸਭ ਤੋਂ ਪਹਿਲਾਂ ਵੱਡੀ ਹੈਲਪ ਹੈ। ਅਤੇ ਦੂਸਰੀ ਗੱਲ, ਇੱਥੇ ਪਿੱਛੇ ਹੀ ਹੁਣ ਬੱਚੇ ਹੈ ਇੱਕ ਦੋ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਅਤੇ ਉਹਨਾਂ ਤੋਂ ਬਿਲਕੁਲ ਫੀਸ ਨਹੀਂ ਲਈ ਜਾਂਦੀ, ਔਰ ਹਾਂ, ਬੱਚਿਆਂ ਨੂੰ ਯੂਨੀਫਾਰਮ ਵਗੈਰਾ ਵੀ ਦਿੱਤੀ ਜਾਂਦੀ ਹੈ। ਜਿਹੜੇ ਬੱਚੇ ਵਧੀਆ ਪਰਫੋਰਮੈਂਸ ਕਰਦੇ ਆ ਔਰ ਪੜ੍ਹਨਾ ਚਾਹੁੰਦੇ ਹੈਗੇ, ਉਹਨਾਂ ਤੋਂ ਫੀਸ ਬਿਲਕੁਲ ਨਹੀਂ ਲਈ ਜਾਂਦੀ, ਔਰ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਤੋਂ ਬੱਚਿਆਂ ਦੀ ਜਿਹੜੀ ਫੀਸ ਲਈ ਜਾਂਦੀ ਹੈ 10th ਸਟੈਂਡਰਡ ਦੇ ਵਿੱਚ, ਉਹ ਜੇ ਬੱਚੇ 92% ਮਾਰਕਸ ਲੈਂਦੇ ਆ ਤਾਂ ਉਹਨਾਂ ਨੂੰ ਸਾਰੀ ਫੀਸ ਉਹਨਾਂ ਦੀ ਸਾਲ ਭਰ ਦੀ ਵਾਪਸ ਕਰ ਦਿੱਤੀ ਜਾਂਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੈਡਮ ਕੀ ਕੋਸ਼ਿਸ਼ ਰਹੇਗੀ, ਕਿਵੇਂ ਹੋਰ ਸਕੂਲ ਨੂੰ, ਤੁਹਾਡੇ ਸਟਾਫ ਦੀ ਜਾਂ ਮੈਨੇਜਮੈਂਟ, ਕਿਵੇਂ ਸਕੂਲ ਨੂੰ ਅੱਗੇ ਲਿਜਾਇਆ ਜਾ ਸਕੇ? ਸਰ, ਸਾਡੀ ਕੋਸ਼ਿਸ਼ ਹੈ ਜਿਸ ਤਰ੍ਹਾਂ ਹੁਣ ਸਕੂਲ ਚੱਲ ਰਿਹਾ ਵਧੀਆ ਤਰੀਕੇ ਨਾਲ, ਉਸੇ ਤਰ੍ਹਾਂ ਇਹਨੂੰ ਹੋਰ ਵੀ ਜ਼ਿਆਦਾ ਅੱਗੇ ਵਧਾਈਏ, ਔਰ ਕੋਸ਼ਿਸ਼ ਹੈ ਕਿ ਹੋਰ ਕੁਆਲੀਫਾਈਡ ਔਰ ਬੱਚਿਆਂ ਕੁਆਲੀਫਾਈਡ ਸਟਾਫ ਲਿਆਂਦਾ ਜਾਵੇ, ਅਤੇ ਦੂਸਰਾ ਬੱਚਿਆਂ ਨੂੰ ਵੀ ਹੋਰ ਜ਼ਿਆਦਾ ਫਰੈਂਡਲੀ ਵੀ ਔਰ ਮੋਰਲ ਵੈਲਿਊਜ਼ ਦੇ ਕੇ ਵੀ ਸਕੂਲ ਨੂੰ ਅੱਗੇ ਲਿਜਾਇਆ ਜਾਵੇ ਔਰ ਕੋਸ਼ਿਸ਼ ਕੀਤੀ ਜਾਵੇ ਕਿ ਉਹ ਕੁਛ ਨਾ ਕੁਛ ਬਣਨ। ਇਹ ਨਹੀਂ ਕਿ ਸਾਡਾ ਮੋਟਿਵ ਇਹ ਨਹੀਂ ਕਿ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਵੇ ਸਕੂਲ ਵਿੱਚ, ਮੋਟਿਵ ਇਹ ਹੈ ਕਿ ਬੱਚੇ ਖੁਦ ਜਾ ਕੇ ਬਾਹਰ ਕਹਿਣ ਕਿ ਹਾਂਜੀ ਅਸੀਂ ਉਸ ਸਕੂਲ 'ਚ ਪੜ੍ਹ ਕੇ ਆਏ ਹਾਂ ਅਤੇ ਸਾਨੂੰ ਬਹੁਤ ਵਧੀਆ ਇਨਵਾਇਰਮੈਂਟ ਉੱਥੇ ਮਿਲਿਆ ਹੈ। ਇੱਕ ਨਈਆ ਜੀ ਚੈਰੀਟੇਬਲ ਟਰੱਸਟ ਦੇ ਅਧੀਨ ਚੱਲ ਰਹੇ ਇਸ ਸਕੂਲ ਦੇ ਵਿੱਚ ਸਟਾਫ ਮੈਂਬਰਸ ਔਰ ਬੱਚਿਆਂ ਦਾ ਬਿਲਕੁਲ ਫਰੀ ਚੈੱਕਅਪ ਕੀਤਾ ਜਾਂਦਾ ਔਰ ਟੈਸਟ ਵਗੈਰਾ ਵੀ ਇੱਥੇ ਅੱਧੇ ਰੇਟ 'ਤੇ ਕੀਤੇ, ਹਾਫ ਰੇਟ 'ਤੇ ਕੀਤੇ ਜਾਂਦੇ ਆ।